मुकेरियां के गांव बदुपर की एक मदभागी खबर सामने आई है। जंदर पठानकोट मुख्य मार्ग पर गांव मुशापर के करीब बीती रात एक सड़क हादसे में एक कार की चपेट में आने से दो सके भाइयों की मौत हो जाने का समाचार प्राप्त हुआ है। जानकारी देते हुए चौकी अंजार एएसए रविंदर सिंह ने बताया, 50 साल दूसरा भाई गुरमीत लाल पुत्र त्रिलोक चंद वासी बदुपर थाना मकेरियां, वह दोनों पंघाला के मंजपर रोड पर काफी लंबे समय से बिल्डिंग की दुकान करते आ रहे थे। बीती रात करीब 6:30 बजे दोनों भाई अपनी दुकान बंद कर पंघाले से अपने घर को वापस आ रहे थे। जब घटनास्थल मुख्य मार्ग पर काम शाहपुर के करीब पहुंचे तो मुकेरियां की ओर से आ रही तेज रफ्तार स्विफ्ट कार ने उनके मोटरसाइकिल को जोरदार टक्कर मार दी। इस हादसे में दोनों भाई गंभीर रूप से घायल हो गए, जिनको इलाज के लिए मुकेरियां सिविल अस्पताल में लाया गया, जहां डॉक्टरों ने उनको मृत घोषित कर दिया। मृतक अपने पीछे अपने दो दो बच्चे पत्नी छोड़ गए हैं। वहीं पुलिस ने कार चालक मोहम्मद रफीक के खिलाफ मामला दर्ज कर कार्रवाई शुरू कर दी है। ਕੀ ਨਾਮ ਬਾਈ? ਹਰਪਣ ਸਿੰਘ ਜੀ। ਹਾਂਜੀ ਭਾਈ, ਕੀ ਗੱਲ ਹੋਈ ਅਰਜੀ? ਜਿਹੜਾ ਬਦੂਪੁਰ ਦੇ ਵਜ਼ਨੀਕ ਸੀਗੇ ਦੋਨੇ ਭਰਾ, ਇਹ ਪੰਘਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ। ਉੱਥੋਂ ਜਦੋਂ ਸ਼ਾਮਾਂ ਨੂੰ ਛੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ, ਜਦੋਂ ਮਸਾਹਪੁਰ ਤੋਂ ਆਪਣੇ ਟਰਨ ਲਈ ਇਹਨਾਂ ਨੇ ਮੋੜ ਤੋਂ, ਅਤੇ ਆਪਣੇ ਮਕੇਰੀਆਂ ਸਾਈਡ ਤੋਂ ਸਿਫਟ ਡਿਜ਼ਾਇਰ ਗੱਡੀ ਆ ਰਹੀ ਸੀ ਬਹੁਤ ਸਪੀਡ 'ਤੇ। ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ, ਜਿਹੜੇ ਮੌਕੇ 'ਤੇ ਹੀ ਇਹਨਾਂ ਭਰਾਵਾਂ ਦੋਨਾਂ ਦੀ ਉੱਥੇ ਮੌਤ ਹੋ ਗਈ, ਜਿਹੜੀ ਇੰਨੀ ਮੰਦਭਾਗੀ ਖਬਰ ਜਦੋਂ ਸਾਨੂੰ ਪਤਾ ਲੱਗਾ ਤਾਂ ਬਹੁਤ ਹੀ ਦੁੱਖ ਹੋਇਆ। ਦੋਨੇ ਭਰਾ ਇਹ ਜਿਹੜੇ ਸੀਗੇ ਇਹ ਘਰ 'ਚ ਇਹੀ ਕਮਾਉਣ ਵਾਲੇ ਸੀਗੇ, ਇਹਨਾਂ ਦੇ ਛੋਟੇ ਛੋਟੇ ਬੱਚੇ ਆ, ਬਹੁਤ ਹੀ ਮਤਲਬ ਕਿ ਪਰਿਵਾਰ ਅਹਲੇ ਸਦਮੇ 'ਚ ਆਉਂਦੇ ਆ ਵੀ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਵਾਰਦਾਤ ਹੋਈ ਆ ਦੋਨਾਂ ਦਾ, ਦੋਨੇ ਸਗੇ ਭਰਾ ਆ ਜੀ, ਇਹ ਬਹੁਤ ਹੀ ਮਾੜੇ ਹਾਲਤਾਂ 'ਚ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ। ਇਸਲੇ ਚਲੋ ਮਾੜਾ ਮੋਟਾ ਆਪਣੀ ਰਿਜਕ ਦਾ ਕੰਮ ਕਰਦੇ ਸੀਗੇ, ਕਿਸੇ ਨਾਲ ਕੋਈ ਇਹਨਾਂ ਦਾ ਕੋਈ ਕਿਸੇ ਨਾਲ ਬੈਰ ਨਹੀਂ ਸੀਗਾ, ਇੰਨੇ ਚੰਗੇ ਸੀਗੇ ਜੀ। ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰ ਨਾਲ ਇਸਲੇ ਦੁਨੀਆ ਸਹਿਮੀ ਪਈ ਆ ਵੀ ਇਹਨਾਂ ਨੂੰ ਬਣਦੀ ਕਾਰਵਾਈ ਜਿਨ੍ਹਾਂ ਨੇ ਇਹਨਾਂ ਨੂੰ ਹਿੱਟ ਕੀਤਾ ਉਹਨਾਂ 'ਤੇ ਹੋਣੀ ਚਾਹੀਦੀ ਹੈ, ਸਾਡੀ ਇਹ ਮੰਗ ਆ ਜੀ। ਠੀਕ। ਜਿਹੜਾ ਹਾਦਸਾ ਹੋਇਆ ਕੀ ਕਹਿਣਾ ਚਾਹੁੰਦੇ ਹੋ? ਇਹ ਸਾਨੂੰ ਕੱਲ੍ਹ ਕਰੀਬ 8 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹਪੁਰ ਮੋੜ ਲਾਗੇ ਇੱਕ ਐਕਸੀਡੈਂਟ ਹੋਇਆ ਹੈ, ਜਿਸ ਵਿੱਚ ਦੋ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਦੋਨੇ ਸਕੇ ਭਰਾ ਸੀ, ਉਹਨਾਂ ਵਿੱਚੋਂ ਵੱਡੇ ਦਾ ਨਾਮ ਹੈ ਗੁਰਮੀਤ ਲਾਲ, ਛੋਟੇ ਦਾ ਨਾਮ ਰਵੀਦਾਸ, ਵਾਸੀ ਪਿੰਡ ਬੱਧੂ ਬਰਕਤ ਹੈ। ਇਹਨਾਂ ਦੀ ਡੈੱਡ ਬੋਡੀਆਂ ਸਿਵਲ ਹਸਪਤਾਲ ਮੁਕੇਰੀ ਰਖਾਈਆਂ ਗਈਆਂ ਹਨ। ਹੁਣ ਗੁਰਮੀਤ ਲਾਲ ਦੇ ਲੜਕੇ ਦੇ ਬਿਆਨ 'ਤੇ ਜਿਹੜਾ ਮੁਕੱਦਮਾ ਨੰਬਰ 150 ਮਿਤੀ 25/9/24 ਇਹ ਅੰਡਰ ਸੈਕਸ਼ਨ 281 106 324 5 BNS
ਐਰਨ ਦਾ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਜਿਹੜਾ ਵਾ ਟ੍ਰੇਸ ਹੋ ਚੁੱਕਾ ਵਾ, ਦੋਸ਼ੀ ਨੂੰ ਵੀ ਸ਼ਾਮ ਤੱਕ ਜਿਹੜਾ ਗ੍ਰਿਫਤਾਰ ਕਰ ਲਿਆ ਜਾਵੇਗਾ। ਕੀ ਕਾਰਵਾਈ ਕੀਤੀ ਗਈ ਇਸਦੇ ਖਿਲਾਫ? ਉਸ 'ਤੇ ਮੁਕੱਦਮਾ ਦਰਜ ਕਰਤਾ ਜੀ, ਐਕਸੀਡੈਂਟ ਦਾ ਮੁਕੱਦਮਾ ਦਰਜ ਕਰਤਾ। ਜਿਹੜੇ ਸੈਕਸ਼ਨਾਂ ਤੁਹਾਨੂੰ ਨਵੇਂ ਕਾਨੂੰਨ ਦਾ ਦੱਸੀਆਂ ਇਹਨਾਂ 'ਤੇ ਦਰਜ ਕੀਤਾ। ਜਿਹੜੇ ਇਹਨਾਂ ਦੀ ਮੌਤ ਹੋਈ ਆ, ਉਹ ਵਿਆਹੇ ਹੋਏ ਸੀ ਜਾਂ ਕਿਸ ਤਰ੍ਹਾਂ? ਹਾਂਜੀ, ਉਹ ਸ਼ਾਦੀਸ਼ੁਦਾ ਹੈ। ਉਹਨਾਂ ਦੀ ਉਮਰ ਇੱਕ ਦੀ 50 ਸਾਲ ਹੈ, ਇੱਕ ਦੀ 53 ਸਾਲ ਹੈ, ਬੱਚੇ ਉਹਨਾਂ ਦੇ। ਅਤੇ ਇੱਥੇ ਭੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ।